welcom my dear students aaj sada tense hai future indefinite tense jisdi nishani hundi hai ga ge ya fir gi helping verb ide vich lagdi hai will shall shall ni kehna shall te verb di pehli form jo ke apan puri detail de vich tenses wale course kar chukke ha acha is tense de vich ga ge gi onda hai jivein ki apan kehna hoyo khedega oh padega oh nachega oh tappega ਵਗੇਰਾ ਵਗੇਰਾ ਇਸ ਕੋਰਸ ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ ਇਸ ਚੈਂਸ ਦੇ ਐਕਟਿਵ ਤੇ ਪੈ시ਵ ਤਾਂ ਆਉ ਕਰੀਏ ਸ਼ੁਰੂ ਸਾਡਾ ਪਹਿਲਾ ਸੈਂਟੈਂਸ ਹੈ ਉਹ ਇੱਕ ਨਵਾਂ ਘਰ ਖਰੀਦੇਗਾ ਹੁਣ ਇਹਦੇ ਵਿੱਚ ਖਰੀਦੇਗਾ ਹਾਲੇ ਖਰੀਦਿਆ ਨਹੀਂ ਖਰੀਦੇਗਾ ਘਾ ਤਾਂ ਪਤਾ ਲੱਗ ਗਿਆ ਇਹ ਫਿਊਚਰ ਇਨਡੈਫਿਨਿਟ ਚੈਂਸ ਹੈ ਵਿਲ ਸ਼ਲ ਲੱਗੇਗਾ ਇਹਦੇ ਵਿੱਚ ਖਰੀਦਣੇ ਦੇ ਵਿੱਚ ਹੈ ਵਰਬ ਖਰੀਦਣ ਇੰਗਲਿਸ਼ ਅਸੀਂ ਲਿਖ ਲਈਏ ਚਲੋ ਬਾਏ ਤੁਸੀਂ ਪਰਚੇਸ ਵੀ ਲਿਖ ਸਕਦੇ ਹੋ ਕੌਣ ਖਰੀਦੇਗਾ ਜੇ ਵਰਬ ਨੂੰ ਕਰਨ ਵਾਲਾ ਸਬਜੈਕਟ ਹੋਵੇ ਤਾਂ ਆਪਾਂ ਕੀ ਕਵਾਂਗੇ ਕੀ ਆਹ ਸੈਂਟੈਂਸ ਐਕਟਿਵ ਹੈ ਕੌਣ ਖਰੀਦੇਗਾ ਉਹ ਖਰੀਦੇਗਾ ਤਾਂ ਉਹ ਇੰਗਲਿਸ਼ ਹੀ ਮਤਲਬ ਸਾਡੇ ਕੋਲ ਸਬਜੈਕਟ ਹੈ ਕੌਣ ਹੈ ਸਬਜੈਕਟ ਉਹ ਤਾਂ ਆਪਾਂ ਇਹ ਬ੍ਰੈਕਟ ਚ ਪਾ ਦਈਏ ਇਹ ਸਾਡੇ ਕੋਲ ਕੀ ਹੈ ਸਟੂਡੈਂਟ ਸਾਡਾ ਸਬਜੈਕਟ ਤੇ ਬਾਈ ਕੀ ਸੀ ਬਾਈ ਹੈ ਸਾਡੇ ਕੋਲੇ ਸਾਡੀ ਵਰਬ ਵਰਬ ਨੂੰ ਕਰਨ ਵਾਲਾ ਕਿਰਿਆ ਨੂੰ ਕਰਨ ਵਾਲਾ ਕਰਤਾ ਹੈ ਤਾਂ ਸੈਂਟੈਂਸ ਕੀ ਹੋ ਗਿਆ ਐਕਟਿਵ ਐਕਟਿਵ ਦੇ ਵਿੱਚ ਸਾਡਾ ਸਬਜੈਕਟ ਹੀ ਪ੍ਰਧਾਨ ਹੁੰਦਾ ਸਟੂਡੈਂਟਸ ਤਾਂ ਇਹਨੂੰ ਅਸੀਂ ਸਟਾਰਟਿੰਗ 'ਚ ਲਿਖਦੇ ਆਂ ਕੀ ਬਣ ਗਿਆ ਹੀ ਹੀ ਕੀ ਕਰੇਗਾ ਹੀ ਤੋਂ ਬਾਅਦ ਅਸੀਂ ਹੈਲਪਿੰਗ ਵਰਬ ਲਿਖਾਂਗੇ ਵਿਲ ਬਸ ਐਕਟਿਵ ਦੇ ਵਿੱਚ ਕੀ ਹੁੰਦਾ ਜੋ ਵੀ ਹੈਲਪਿੰਗ ਵਰਬ ਹੁੰਦੀ ਹੈ ਉਸ ਤੋਂ ਤੁਰੰਤ ਬਾਅਦ ਅਸੀਂ ਵਰਬ ਲਿਖਦੇ ਨੇ ਵੀ ਉਹ ਜਿਹੜਾ ਸਾਡਾ ਸਬਜੈਕਟ ਹੈ ਕੀ ਕਰੇਗਾ ਬਸ ਨਾਲ ਦੀ ਨਾਲ ਹੀ ਜ਼ਿਕਰ ਕਰਦੇ ਨੇ ਹੀ ਵਿਲ will ਤੋਂ ਬਾਅਦ first form will ਤੇ shall ਤੋਂ ਬਾਅਦ ਯਾਦ ਰੱਖਣਾ ਹੈ ਹਮੇਸ਼ਾ first form he will buy ਕੀ ਖਰੀਦੇਗਾ ਉਹ a new house ਨਵੇਂ ਕਰਦੇ ਇੰਗਲਿਸ਼ ਕਿਹਾਗੇ ਸਟੂਡੈਂਟਸ a new house he will buy a new house ਤਾਂ a new house ਨੂੰ ਅਸੀਂ ਕਹਿ ਦੇਵਾਂਗੇ ਇਹ ਹੈ ਸਾਡੀ ਆਬਜੈਕਟ ਇਹ ਲਾਸਟ ਆਉਂਦੀ ਹੈ ਇਸੇ ਦਾ ਪੈਰਸਿਵ ਪੰਜਾਬੀ ਚ ਇਸ ਤਰ੍ਹਾਂ ਬਣ ਗਿਆ ਪਹਿਲਾਂ ਕੀ ਸੀ ਉਹ ਇੱਕ ਨਵਾਂ ਕਾਰ ਖਰੀਦੇਗਾ ਕੀ ਬਣ ਗਿਆ नवा कर उस द्वारा खरीदया जाएगा इतने उस द्वारा जो तो द्वारा आ जाए तो की बन गया बनाइए फिर आपता तो बना नहीं है इन्हें कोई किरिया नहीं कोई किरिया नहीं करूगा यह एक ऑबजेक्ट है अ न्यू हाउस helping up will want to see take to the other co students jehde will te shall ne na matlab future and infinite tense hai jadon inna de assi passive banone hai ta assi be laga ke banone hai jivein continuous tense de vich assi being lagaya si b e i n g perfect tenses de vich jithe has have had si othe assi been lagaya si b w n b e e n لیکن ولتے شل دے پیسو دے وچ اسی کی لگاواں گے بی باقی پریکٹس نال اپا ہور یاد کر لنگے ا نیو ہاؤس ول بی اے رول ہے جے کو پچھے بی کون لگایا پیسو دے وچ ول تو بعد بی لگے گا پھر ورب دی تھرڈ فارم ورب دی تھرڈ فارم کیوں آئے گی ہر پیسو دے وچ کی لگدی ہوندی ہے ورب دی تھرڈ فارم تے بائی دی تھرڈ فارم کی آ گئی باٹ کی دے دوارا اس دوارا بائی ہیم بائی ہیم ਜੇ ਸ਼ੀ ਹੁੰਦਾ ਤਾਂ ਆਪਾਂ ਹਰ ਲਿਖ ਦਿੰਦੇ ਅ ਨਿਊ ਹਾਊਸ ਵਿਲ ਬੀ ਬਾਟ ਬਾਈ ਹਿਮ ਹੁਣ ਇਹ ਸੈਂਟੈਂਸ ਤੇ ਤੁਸੀਂ ਨਿਗਾਹ ਮਾਰੋ ਇੱਕ ਨਵਾਂ ਘਰ ਖਰੀਦਿਆ ਜਾਵੇਗਾ ਇਹ ਚ ਖਰੀਦਣ ਵਾਲਾ ਹੈ ਹੀ ਨਹੀਂ ਸਬਜੈਕਟ ਇਹਦੇ ਵਿੱਚ ਨਜ਼ਰ ਨਹੀਂ ਆ ਰਿਹਾ ਇਹ ਚ ਵਰਬ ਤਾਂ ਹੈ ਖਰੀਦਣਾ ਕੀ ਖਰੀਦਿਆ ਜਾਵੇਗਾ ਆਬਜੈਕਟ ਹੈ ਜਦੋਂ ਵਰਬ ਹੋਵੇ ਆਬਜੈਕਟ ਹੋਵੇ ਪਰ ਕਰਤਾ ਨਾ ਦਿਖੇ ਤਾਂ ਉਹ ਵੀ ਪੈਸਿਵ ਹੀ ਹੁੰਦਾ ਕਿਉਂਕਿ ਐਕਟਿਵ ਦੇ ਲਈ ਕਰਤਾ ਪ੍ਰਮੁੱਖ ਹੁੰਦਾ ਉਹ ਹੋਣਾ ਜ਼ਰੂਰੀ ਹੈ ਇਹ ਚ ਕਰਤਾ ਨਹੀਂ ਤੇ ਇਹ ਵੀ ਪੈਸਿਵ ਹੈ ਤਾਂ ਇਹਦੀ ਇੰਗਲਿਸ਼ ਕੀ ਬਣਗੀ ਅ ਨਿਊ ਹਾਊਸ ਅ ਨਿਊ ਹਾਊਸ ਇੱਕ ਨਵਾਂ ਘਰ will be bought a new house will be bought ਕਰੀਏ ਸਟੂਡੈਂਟਸ ਫਿਰ ਆਪਾਂ ਪ੍ਰੈਕਟਿਸ ਤੇ ਸਾਡਾ ਅਗਲਾ ਸੈਂਟੈਂਸ ਹੈ ਉਹ ਇਸ ਘਰ ਨੂੰ ਢਾ ਦੇਣਗੇ ਹੁਣ ਢਾਉਣ ਦੀ ਜਿਹੜੀ ਇੰਗਲਿਸ਼ ਹੈ ਉਹ ਹੈ ਡਿਮੋਲਿਸ਼ ਵੈਸੇ ਤਾਂ ਕਾਫੀ ਵਰਡਸ ਹੁੰਦੇ ਨੇ ਇੰਗਲਿਸ਼ ਦੇ ਵਿੱਚ ਪਰ ਇੱਥੇ ਆਪਾਂ ਇੱਕੋ ਸ਼ਬਦ ਲਿਖਦੇ ਨੇ ਡਿਮੋਲਿਸ਼ ਡਿਮੋਲਿਸ਼ ਮੀਨਸ ਟਾ ਦੇਣਾ ਤਾਂ ਅਲੱਗ ਤੋਂ ਲਿਖ ਲੋ ਇਹਦੇ ਨਾਲ ਡਿਮੋਲਿਸ਼ ਮੀਨਸ ਕੀ ਹੁੰਦਾ ਟਾ ਦੇਣਾ ਤਾਂ ਇਹ ਕੀ ਹੈ ਸਟੂਡੈਂਟਸ ਇਹ ਹੈ ਸਾਡੀ ਵਰਬ ਇਹ ਸਾਡੀ ਕਿਰਿਆ ਹੈ ਕੌਣ ਟਾ ਦੇਗਾ ਇਸ ਵਰਬ ਨੂੰ ਕੌਣ ਅੰਜਾਮ ਦੇਵੇਗਾ ਟਾਉਣ ਵਾਲਾ ਹੈ ਆਉ ਪੜੀਏ ਉਹ ਇਸ ਘਰ ਨੂੰ ਟਾ ਦੇਣਗੇ ਯੈਸ ਹੈ ਉਹ ਟਾ ਦੇਣਗੇ ਦੇਣਗੇ ਤੋਂ ਪਤਾ ਲੱਗ ਗਿਆ ਪਲੂਰਲ ਹੈ ਇਹ सा सबजैक्ट है दे जो सबजैक्ट है कोई द्वारा ला के नहीं लिखा हो सेंटेंस की हो गया की हो गया बोलो एक्टिव जे यही द्वारा ला के लिख दो ढा दिता जाएगा तो की बन जाएगा यह पैसिव तो आओ इंग्लिश बनाईए दे सबजैक्ट टू स्टार्टिंग देवगा देख की आ गया इतल तो बाद फस्ट फॉर्म दे की कम करने बस वह जो भी किरिया होंगी लिखनी होंगी they will demolish d e m o l i s h they will demolish kitta denge this house bas they will demolish this house they will demolish this house hone sentence dekho students is ghar nu ona dwara tada ditta javega matlab eh ghar ona dwara tada ditta javega jadon dwara lagya to oh eda ki ho gaya passive ਪੈਸਿਵ ਦੇ ਵਿੱਚ ਪਤਾ ਹੀ ਹੈ ਸ਼ੁਰੂਆਤ ਆਪਾਂ ਕਿੱਥੋਂ ਕਰਾਂਗੇ ਇਸ ਘਰ ਨੂੰ ਮਤਲਬ ਇਹ ਘਰ ਦਿਸ ਹਾਊਸ ਇੱਥੇ ਜ਼ੋਰ ਆਬਜੈਕਟ ਤੇ ਹੁੰਦਾ ਹੈ ਹਾਊਸ ਨੂੰ ਕੀ ਕੀਤਾ ਜਾਵੇਗਾ ਦਿਸ ਹਾਊਸ ਵਿਲ ਇੱਥੇ ਲਿਖ ਨਹੀਂ ਲਿਖਣਾ ਹੁਣ ਤੁਸੀਂ ਮੈਨੂੰ ਦੱਸੋ ਪੈਸਿਵ ਦੇ ਵਿੱਚ ਵਿਲ ਤੋਂ ਬਾਅਦ ਆਪਾਂ ਕੀ ਲਿਖਦੇ ਹੁੰਨੇ ਆ ਕੀ ਕਿਹਾ ਹਾਂਜੀ ਬੀ ਇਹ ਰੂਲ ਹੈ ਪੈਸਿਵ ਵਿਲ ਤੇ ਸ਼ਲ ਦੇ ਕਿਵੇਂ ਬਣਨਗੇ ਬੀ ਲਗਾ ਕੇ ਥਰਡ ਫਾਰਮ ਦਿਸ ਹਾਊਸ ਵਿਲ ਬੀ फिर व ऑफ दी थर्ड फॉर्म डिमोलिशड डी ई एम ओ एल आई एस एच ई डी दिस हाउस विल बी डिमोलिशड किसके द्वारा ओना द्वारा बाय देम दिस हाउस विल बी डिमोलिशड बाय देम होने पडो इस ਘਰ ਨੂੰ ਢਾ ਦਿੱਤਾ ਜਾਵੇਗਾ ਇਹ ਵੀ ਪੈਸਿਵ ਹੈ ਇਹ ਚ ਢਾਉਣ ਵਾਲਾ ਹੈ ਹੀ ਨਹੀਂ ਪੈਸਿਵ ਹੈ ਤਾਂ ਇਹ ਇੰਗਲਿਸ਼ ਵੀ ਕੀ ਬਣਗੀ दिस हाउस दिस हाउस ਅਗੇ okay. will be demolished bus this house will be demolished this house will be demolished all students hona pa ek negative sentence di kariye practice padho fir sentence ki hai oh naye kapde nahi pehnega so pen in english wear w e a r wear means pehna a hai sadi kirya कौन नहीं पहनेगा ओ नहीं पहनेगा तो सबजैक्ट है सब सबजैक्ट साढ़े को, को ही, नहीं पैसिव वे बन गया उस द्वारा नवे कपड़े नहीं पहने जाए आपके ऊपर जो द्वारा लगा दिए सबजैक्ट ना हो पैसिव उ कोई द्वारा नहीं इट मीनस एक्टिव है तो इन्हें इंग्लिश बनाईए वह नवे कपड़े नहीं पहनेगा कौन ही ही तो बाद असं लिखा बस नालासी नॉट लिख देंगे दैट्स इट ए ऑन द नेगेटिव ही विल नॉट ओ कीनी पहनेगा मैं सुन दस्या एक्टिव ਦੇ ਵਿੱਚ ਹੈਲਪਿੰਗ ਵਰਬ ਤੋਂ ਤੁਰੰਤ ਬਾਅਦ ਅਸੀਂ ਵਰਬ ਲਿਖਣੀ ਹੁੰਦੀ ਹੈ ਹੀ ਵਿਲ ਨਾਟ ਵੇਅ ਨਿਊ ਕਲੋਥਸ ਹੀ ਵਿਲ ਨਾਟ ਵੇਅ ਨਿਊ ਕਲੋਥਸ ਹੁਣ ਆ ਜੋ ਇਦਰ ਪੈਸਿਵ ਦੇ ਉੱਪਰ ਉਸ ਦੁਆਰਾ ਨਵੇਂ ਕੱਪੜੇ ਨਹੀਂ ਪਹਿਨੇ ਜਾਣਗੇ ਜਾਂ ਨਵੇਂ ਕੱਪੜੇ ਉਸ ਦੁਆਰਾ ਨਹੀਂ ਪਹਿਨੇ ਜਾਣਗੇ ਦੁਆਰਾ ਲੱਗਿਆ ਆ ਗਿਆ ਤਾਂ ਸੈਂਚੈਂਸ ਕੀ ਬਣ ਗਿਆ ਪੈਸਿਵ ਪੈਸਿਵ ਦੀ ਸ਼ੁਰੂਆਤ ਅਸੀਂ ਕਰਾਂਗੇ ਆਬਜੈਕਟ ਤੋਂ ਕੀ ਨਹੀਂ ਪਹਿਨੇ ਜਾਣਗੇ ਨਵੇਂ ਕਪੜੇ ਨਿਊ ਕਲੋਥਸ ਜਦੋਂ ਨਿਊ ਕਲੋਥਸ ਲਿਖਤਾ ਫਿਰ ਹੈਲਪਿੰਗ ਆਫ ਰੈਡੀ ਰੱਖੋ ਵਿਲ ਤੇ ਨਾਲ ਲਿਖ ਦਿਓ ਨਾਟ ਕਿਉਂਕਿ ਪੈਸਿਵ ਹੈ ਪੈਸਿਵ ਦੇ ਵਿੱਚ ਬੀ ਲਗਾ ਕੇ ਥਰਡ ਫਾਰਮ ਨਿਊ ਕਲੋਥਸ ਵਿਲ ਨਾਟ ਬੀ ਵੇਅਰ ਦੀ ਥਰਡ ਫਾਰਮ ਕੀ ਆ ਗਈ ਵੋਰਨ W O R N ਨਿਊ ਕਲੋਥਸ ਵਿਲ ਨਾਟ ਬੀ ਵੋਰਨ by ਕਿਦੇ ਦੁਆਰਾ ਉਸ ਦੁਆਰਾ by him ਮੈਂ ਉਹਰ ਜੇ ਸਾਨੂੰ ਫਾਰਮ ਦੱਸਦੇ ਨੇ ਵੇਰ ਫਸਟ ਫਾਰਮ ਵੇਰ ਮੀਨਸ ਪੈਨ ਨਾ ਸੈਕਿੰਡ ਫਾਰਮ ਹੁੰਦੀ ਹੈ ਵਰ ਇੱਥੇ ਸਾਨੂੰ ਜ਼ਰੂਰਤ ਨਹੀਂ ਸੀ ਥਰਡ ਫਾਰਮ ਹੈ ਵਰਡ W O R N ਹੁਣਾ ਜੋ ਇਸ ਸੈਂਟੈਂਸ ਦੇ ਉੱਪਰ ਨਵੇਂ ਕਪੜੇ ਨਹੀਂ ਪਹਿਨੇ ਜਾਣਗੇ ਇਹ ਚ ਵਰਬ ਨੂੰ ਕਰਨ ਵਾਲਾ ਪਹਿਨਣ ਵਾਲਾ ਹੈ ਹੀ ਨਹੀਂ ਇਹ ਵੀ ਕੀ ਹੋ ਗਿਆ ਪੈਸਿਵ तो यदि इंग्लिश भी की बना देंगे स्टूडेंट्स न्यू क्लोथ्स, सी एल ओ टी एच ई एस न्यू क्लोथ्स विल नॉट, न्यू क्लोथ्स विल नॉट, फिर बी लगा के थर्ड फॉर्म न्यू क्लोथ्स विल नॉट बी वॉर्न, डब्ल्यू ओ आर एन न्यू क्लोथ्स विल नॉट बी वॉर्न। हम आप करते हैं स्टूडेंट्स एक इंट्रोगेटिव सेंटेंस की प्रैक्टिस की तुमच खेडोगे की आ गया ਅੱਛਾ ਖੇਡਣਾ ਹੈ ਇੱਥੇ ਵਰਬ ਖੇਡਣ ਇੰਗਲਿਸ਼ ਕੀ ਹੈ ਪਲੇ ਪਲੇ ਸਾਡੇ ਕੋਲ ਕੀ ਹੋਗੀ ਸਟੂਡੈਂਟਸ ਵਰਬ ਖੇਡਣ ਵਾਲਾ ਕੌਣ ਹੈ ਜੀ ਉਹ ਵੀ ਹੈ ਕਿ ਤੁਸੀਂ ਖੇਡੋਗੇ ਯੂ ਹੈ ਸਾਡੇ ਕੋਲੇ ਸਬਜੈਕਟ ਦੁਆਰਾ ਤਾਂ ਨਹੀਂ ਲੱਗਿਆ ਇੱਧਰ ਲੱਗਿਆ ਜੇ ਦੁਆਰਾ ਲਗਾ ਦਈਏ ਤਾਂ ਕੀ ਬਣ ਜਾਂਦਾ ਪੈਸਿਵ ਕੀ ਇਹ ਮੈਚ ਤੁਹਾਡੇ ਦੁਆਰਾ ਖੇਡਿਆ ਜਾਵੇਗਾ ਜੇ ਦੁਆਰਾ ਲਗਾ ਦਈਏ ਤਾਂ ਕੀ ਬਣ ਜਾਈਗਾ ਪੈਸਿਵ ਬਾਅਦ ਚ ਹੋਣ ਦੇ ਉੱਪਰ ਆਪਾਂ ਇੱਥੇ ਕੋਈ ਦੁਆਰਾ ਨਹੀਂ ਸਬਜੈਕਟ ਹੈਗਾ ਤਾਂ ਇਹ ਐਕਟਿਵ ਹੋਇਆ ਅੱਛਾ ਹੁਣ ਜਿਹੜੇ ਪ੍ਰੈਸ਼ਨ ਵਾਚ ਐਕਸਟੈਂਸ ਹੁੰਦੇ ਆ ਉਹਦੇ ਵਿੱਚ ਅਸੀਂ ਹੈਲਪਿੰਗ ਵਰਬ ਨੂੰ ਸਟਾਰਟਿੰਗ ਦੇ ਵਿੱਚ ਲਿਖਦੇ ਨੇ ਤੁਸੀਂ ਕਹੋਗੇ ਕਿਵੇਂ ਸਰ ਇਹਨੂੰ ਆਪਾਂ ਆਰਾਮ ਨਾਲ ਸਮਝ ਲੈ ਸਟੂਡੈਂਟਸ ਮੰਨ ਲਓ ਕੀ ਹੈ ਨਹੀਂ ਮੰਨ ਲਓ ਠੀਕ ਹੈ ਜੇ ਸਿੱਧਾ ਹੁੰਦਾ ਤੁਸੀਂ ਇਹ ਮੈਚ ਖੇਡੋਗੇ ਤਾਂ ਇਨਗਲਿਸ਼ ਇਹਦਾ ਬਣ ਜਾਣੀ ਸੀ ਯੂ ਵਿਲ ਪਲੇ ਦਿਸ ਮੈਚ ਯੂ ਵਿਲ ਸਿੱਧਾ ਬਣ ਜਾਂਦੀ ਯੂ ਵਿਲ ਪਲੇ ਤੁਸੀਂ ਖੇਡੋਗੇ ਕੀ ਖੇਡੋਗੇ ਦਿਸ ਮੈਚ ਯੂ ਵਿਲ ਪਲੇ ਦਿਸ ਮੈਚ बट हूँ यह इंट्रोगेटिव है कि तुमच खेडो तो आ जो विल है ना आ जो विल है यू असी स्टार्टिंग लिया तो गलत है यदि ट्रांसलेशन हम एक्चुअल चाहे मानेगी विल यू विल यू प्ले दिस मैच विल यू प्ले दिस मैच दिच इज साइन ऑफ इंट्रोगेशन विल यू प्ले दिस मैच ਹੋਨੇਦਰਾਉ ਕੀ ਇਹ ਮੈਚ ਤੁਹਾਡੇ ਦੁਆਰਾ ਖੇਡਿਆ ਜਾਵੇਗਾ ਤਾਂ ਆ ਦੁਆਰਾ ਲੱਕ ਕੇ ਆ ਗਿਆ ਤਾਂ ਕੀ ਬਣ ਜੇਗੀ ਇਹਦੀ ਇੰਗਲਿਸ਼ ਪੈਸਿਵ ਫਾਰਮ ਦੇ ਵਿੱਚ ਅੱਛਾ ਹੁਣ ਫੇਰ ਉਹੀ ਗੱਲ ਪ੍ਰਸ਼ਨਵਾਚਕ ਆ ਤਾਂ ਹੈਲਪਿੰਗ ਵਰਬ ਨੂੰ ਅਸੀਂ ਅੱਗੇ ਰੱਖਣਾ ਤੁਸੀਂ ਉਲਝ ਨਾ ਜਾਓ ਮੰਨ ਲਓ ਇਹ ਕੀ ਹੈ ਨਹੀਂ ਜੇ ਸਿੱਧਾ ਹੁੰਦਾ ਇਹ ਮੈਚ ਤੁਹਾਡੇ ਦੁਆਰਾ ਖੇਡਿਆ ਜਾਵੇਗਾ ਤਾਂ ਇਹਦੀ ਇੰਗਲਿਸ਼ ਕੀ ਬਣ ਜਾਂਦੀ ਦਿਸ ਮੈਚ ਇਨਟ੍ਰੋਗੇਟਿਵਲੀ ਆਪਾਂ ਦਿਸ ਮੈਚ ਓਲ

will this match be played by youth pitches sign off interrogation پڑھو ایک بار کی بن گیا will this match be played by you اے پڑھو پھر کی یہ میچ کھیڑا جاوے گا اچ کھیڈن والا ہی نہیں ہے اچ ورب ਤਾਂ ਹੈ ਖੇਡਣਾ کی کھیڑا جاوے گا میچ অবਜੈਕਟ ہے پر اਦੇ ਵਿੱਚ ورب ਨੂੰ انجام دینے والا سبجیکٹ نہیں ہے تاں ای دی پیسو ہے यह एक्टिव नहीं हो सकता एक्टिव होना जरूरी है इस है ही नहीं तो यह पैसिव है तो इंग्लिश भी की की प्लेड पिछे सैन ऑफ इंटरगेन इस तो सेंटेंस ट्राई करना मैं इतने लिखूंगा हाँ ऑफकोर्स मैं ट्रांसलेट भी करूंगा एक इंट्रोगेटिव सेंटेंस इस बाद हूँ बना ਸਾਡਾ ਸੈਂਚੈਂਸ ਸਟੂਡੈਂਟਸ ਕੀ ਉਹ ਕਮਰਾ ਸਾਫ ਕਰੇਗਾ ਬਣਾਓ ਤੁਸੀਂ ਇਹਦੀ ਇੰਗਲਿਸ਼ ਕੀ ਉਹ ਕਮਰਾ ਸਾਫ ਕਰੇਗਾ ਇਸੇ ਦਾ ਪੈਸਿਵ ਹੈ ਕਿ ਉਸ ਦੁਆਰਾ ਕਮਰਾ ਸਾਫ ਕੀਤਾ ਜਾਵੇਗਾ ਜਾਂ ਕੀ ਕਮਰਾ ਉਸ ਦੁਆਰਾ ਸਾਫ ਕੀਤਾ ਜਾਵੇਗਾ ਪਹਿਲਾਂ ਉਹਦੀ ਇੰਗਲਿਸ਼ ਬਣਾਓ ਮੈਂ ਵੀ ਬਣਾਉਣਾ ਸਾਫ ਕਰਨ ਦੀ ਇੰਗਲਿਸ਼ ਕੀ ਹੁੰਦੀ ਹੈ ਕਲੀਨ ਇਹ ਹੈ ਸਾਡੀ ਵਰਬ ਤੁਸੀਂ ਹੀ ਸੋਚਿਆ ਹੋਵੇਗਾ ਕੌਣ ਕਮਰਾ ਸਾਫ ਕਰੇਗਾ ਉਹ ਤਾਂ ਇਹ ਹੈ ਸਾਡਾ ਸਬਜੈਕਟ द्वारा भी नहीं लिखिया जो द्वारा लगा दो फिर यह पैसिव बन जाएगा द्वारा भी नहीं सबजैक्ट है इट मीनस ये इंग्लिश एक्टिव तरीके बनेगी प्रश्नवाचक तो इंग्लिश ऐसा बनाई होगी लिखो नहीं। तो फर्स्ट फॉर्म विल ही क्लीन ही क्लीन की चीज कमरा द रूम ही क्लीन द रूम which is sign off interrogation koi khas kam rehta darum nahi aurum will he clean the room hun aise da passive aa gaya ki kamra us dwara saaf kita jawega eh ki hai passive will the room vaise da papa darum to shuru karna si but kyonki eh interrogative hai to assi will nu agge le aaye will the room will the room fer billa ke third form be cleaned c l e a n e d ਕਿਹਦੇ ਦੁਆਰਾ ਉਸ ਦੁਆਰਾ ਬਾਈ ਹਿਮ ਬਾਈ ਹਿਮ ਸੋ ਟਿੱਕ ਚੀ ਦੀ ਯਾਦ ਰੱਖੋ i ਤੇ we ਨਾਲ ਅਸੀਂ ਸ਼ਲ ਲਿਖਦੇ ਹਾਂ ਸ਼ਲ ਬਾਕੀਆਂ ਨਾਲ ਅਸੀਂ ਕੀ ਲਿਖਦੇ ਹਾਂ ਵਿਲ ਜੋ ਕਿ ਡੀਟੇਲ ਜਪਾਂ ਟੈਂਸਸ ਵਾਲੇ ਕੋਰਸ ਆਲਰੇਡੀ ਪੜ ਚੁੱਕੇ ਆ ਸਟੂਡੈਂਟਸ ਕੀ ਕਮਰਾ ਸਾਫ਼ ਕੀਤਾ ਜਾਵੇਗਾ ਇਹ ਜੋ ਵਰਬ ਹੈ ਕਮਰਾ ਹੈ ਸਾਫ਼ ਕੀ ਕਰਨਾ ਪਰ ਸਾਫ਼ ਕਰਨ ਵਾਲਾ ਹੈ ਨਹੀਂ ਇਹ ਐਕਟਿਵ ਨਹੀਂ ਹੈ ਇਹ ਕੀ ਪੈਸਿਵ ਹੈ ਐਕਟਿਵ ਲਈ ਜ਼ਰੂਰੀ ਕੀ ਹੈ ਸਬਜੈਕਟ ਦਾ ਹੋਣਾ तो इंग्लिश भी बन जाएगी विल द रूम विल द रूम अगे बी क्लीन विल द रूम बी क्लीन विल द रूम बी प्रैक्टिस. ओ साडा समर्थन करेगी सो गी मीनस फ्यूचर इन समर्थन करने इंग्लिश आप लिख लेने सपोर्ट ਇਦਰ ਸਪੋਰਟਰ ਇਹਦਾ ਮਤਲਬ ਕੱਲਾ ਸਮਰਥਨ ਵੀ ਹੁੰਦਾ ਤੇ ਸਮਰਥਨ ਕਰਨਾ ਵੀ ਹੁੰਦਾ ਇਹਨੂੰ ਆਪਾਂ ਸਿੱਧਾ ਸਮਰਥਨ ਕਰਨ ਇੰਗਲਿਸ਼ ਦੇ ਤੌਰ ਤੇ ਯੂਜ਼ ਕਰ ਲਾਂਗੇ ਇਹ ਸਿੱਧੀ ਵਰਬ ਹੀ ਹੁੰਦੀ ਹੈ ਕੌਣ ਸਮਰਥਨ ਕਰੇਗਾ ਉਹ ਕਰੂਗੀ ਤਾਂ ਇੱਥੇ ਆਜੂ ਸੀ ਇਹ ਹੈ ਸਾਡਾ ਸਬਜੈਕਟ ਇਸੇ ਦਾ ਪੈਸਿਵ ਕੀ ਬਣ ਗਿਆ ਉਸ ਦੁਆਰਾ ਸਾਡਾ ਸਮਰਥਨ ਕੀਤਾ ਜਾਵੇਗਾ ਜਾਂ ਸਾਡਾ ਸਮਰਥਨ ਉਸ ਦੁਆਰਾ ਕੀਤਾ ਜਾਵੇਗਾ ਉਹਦੇ ਨਾਲ ਦੁਆਰਾ ਲਗਾ ਦਿਓ ਤਾਂ ਕੀ ਬਣ ਜੂਗਾ ਉਹ ਪੈਸਿਵ ਉੱਥੇ ਕੋਈ ਦੁਆਰਾ ਨਹੀਂ ਉਹ ਐਕਟਿਵ ਹੀ ਹੈ ਤਾਂ ਇਹਦੀ ਇੰਗਲਿਸ਼ ਕਿ ਬਣੂ ਪ੍ਰੈਕਟਿਸ ਕਰ ਕਰਕੇ ਸਟੂਡੈਂਟਸ ਆਪਾਂ ਵਧੀਆ ਬਣਾ ਲਾਂਗੇ ਇਹ ਚੀਜ਼ ਸ਼ੀ ਸ਼ੀ ਤੋਂ ਬਾਅਦ ਦੱਸੋ ਜੀ ਕੀ ਆਇਆ ਇੱਥੇ ਵਿਲ ਹੁਣ ਐਕਟਿਵ ਦੇ ਵਿੱਚ ਤੁਸੀਂ ਮੈਨੂੰ ਦੱਸੋ ਵਿਲ ਤੋਂ ਬਾਅਦ ਆਪਾਂ ਕੀ ਲਿਖਦੇ ਹੁੰਨੇ ਆ ਕੀ ਕਿਹਾ ਹਾਂਜੀ ਸਿੱਧੀ ਵਰਬ ਸ਼ੀ ਕੀ ਕਰੂਗੀ ਉਹ ਸਿੱਧਮ ਸਿੱਧਾ ਅਸੀਂ ਸਿੱਧੀ ਇੱਥੇ ਵਰਡ ਦਾ ਇਸਤੇਮਾਲ ਕਰਾਂਗੇ ਸ਼ੀ ਵਿਲ ਸਪੋਰਟ S U P P O R T she will support ٹھیک ہے ਕਿنو سپورٹ کروں وہ ابجیکٹ ہے وہ ਬਾਅਦ ਚ ਲਿਖ ਦਾਂਗੇ she will support us she will support us ਹੁਨੇਦਰ ਆ ਜਾਓ ਪੈਸਿਵ ਦੇ ਵਿੱਚ ਇਹਨੂੰ ਉਲਟਾ ਕਰ ਦਾਂਗੇ ਉਸ ਦੁਆਰਾ ਸਾਡਾ ਸਮਰਥਨ ਕੀਤਾ ਜਾਏਗਾ ਆ ਜਿਹੜਾ us ਹੈ ਜਦੋਂ ਇਹਨੂੰ ਪੈਸਿਵ ਵਿੱਚ ਕਰਾਂਗੇ ਤਾਂ ਅਸੀਂ ਇਹਨੂੰ ਸਟਾਰਟਿੰਗ 'ਚ we ਲਿਖਾਂਗੇ ਸਟਾਰਟਿੰਗ ਦੇ ਵਿੱਚ us ਨਹੀਂ ਲਿਖਣਾ ਕਦੇ ਵੀ we ਯਾਦ ਰੱਖੋ ਇੱਥੇ we ਕਰਤਾ ਨਹੀਂ ਹੈ ਇੱਥੇ we ਕੋਈ ਕਰਤਾ ਨਹੀਂ ਹੈ we ਇੱਕ ਆਬਜੈਕਟ ਹੈ ਵੀ ਕੋਈ ਵਰਬ ਨੂੰ ਕਰਨ ਵਾਲਾ ਨਹੀਂ ਹੈ ਵੀ ਕੋਬਜੈਕਟ ਹੈ ਪੈਸਿਵ ਦੇ ਵਿੱਚ ਕੀ ਆਜੂਗਾ ਵੀ ਸ਼ਲ ਬੀ ਬੀ ਲਗਾ ਕੇ ਥਰਡ ਫਾਰਮ ਵੀ ਸ਼ਲ ਬੀ ਸਪੋਰਟਡ ਵੀ ਸ਼ਲ ਬੀ ਸਪੋਰਟਡ ਕਿਹਦੇ ਦੁਆਰਾ ਬਾਏ ਹਰ ਬਾਏ ਹਰ ਇਹ ਬਣ ਗਿਆ ਵੀ ਸ਼ਲ ਬੀ ਸਪੋਰਟਡ ਵੀ ਸ਼ਲ ਬੀ ਸਪੋਰਟਡ ਬਾਏ ਹਰ ਹੁਣੇ ਪੜੋ ਸਾਡਾ ਸਮਰਥਨ ਕੀਤਾ ਜਾਵੇਗਾ ਇਹ ਚ ਸਮਰਥਨ ਕਰਨ ਵਾਲਾ ਕੋਈ ਹੈ ਨਹੀਂ ਤੇ ਇਹਨੂੰ ਆਪਾਂ ਸਿੱਧਾ ਹੀ ਲਿਖ ਦਾਂਗੇ ਵੀ ਸ਼ਲ ਬੀ ਸੁਪੋਰਟਡ ਵੀ ਸ਼ਲ ਬੀ ਸੁਪੋਰਟਡ ਸੋ ਕੋਈ ਕਨਫਿਊਜ਼ਨ ਵਾਲੀ ਚੀਜ਼ ਨਹੀਂ ਹੈ ಸ್ಟੂਡੈਂਟਸ ਯਾਦ ਰੱਖੋ ਇੱਥੇ ਵੀ ਕਰਤਾ ਨਹੀਂ ਹੈ ਜੇ ਕਰਤਾ ਹੁੰਦਾ ਹੈ ਸ਼ੁਰੂ ਤੇ ਵਿੱਚ ਉਹ ਐਕਟਿਵ ਚ ਹੁੰਦਾ ਉੱਥੇ ਅਸੀਂ ਸਿੱਧੀ ਪਹਿਲੀ ਫਾਰਮ ਲਿਖਦੇ ਆਂ ਇਹ ਪਹਿਲਾ ਆਬਜੈਕਟ ਹੁੰਦੀ ਹੈ ਠੀਕ ਹੈ ਵੀ ਸ਼ਲ ਬੀ ਸੁਪੋਰਟਡ ਬਾਏ ਹਰ ਨੈਕਸਟ ਐਂਜੈਂਸ ਹੈ ਉਹ ਸਰਕਾਰ ਦੀ ਆਲੋਚਨਾ ਕਰਨਗੇ ਕਰਨਗੇ ਕੀਤੀ ਤਾਂ ਨਹੀਂ ਹਲੇ ਕਰਨਗੇ ਵਿਲ ਸ਼ਲ ਫਿਊਚਰ ਇਨਫਿਨਿਟ ਅੱਛਾ ਆਲੋਚਨਾ ਕਰਨ ਇੰਗਲਿਸ਼ ਵੈਸੇ ਤਾਂ ਬਹੁਤ ਨੇ ਸਟੂਡੈਂਟਸ ਇੱਥੇ ਆਪਾਂ ਲਿਖ ਲੈਨੇ ਕ੍ਰਿਟੀਸਾਈਜ਼ C R I T I C I S E ਯਾਦ ਰੱਖੋ ਕ੍ਰਿਟੀਸਾਈਜ਼ ਦੇ ਵਿੱਚ ਇੱਥੇ S ਦੀ ਬਜਾਏ ਤੁਸੀਂ Z ਵੀ ਲਿਖ ਸਕਦੇ ਹੋ ਬਟ ਮਾਡਰਨ ਇੰਗਲਿਸ਼ ਦੇ ਵਿੱਚ S ਕਾਫੀ ਚੱਲਦਾ ਹੈ criticsize ਦਾ ਮਤਲਬ ਆਲੋਚਨਾ ਕਰਨਾ ਆਲੋਚਨਾ ਕਰਨਾ ਕਰਨ ਇੰਗਲਿਸ਼ ਵੀ ਵਿੱਚ ਹੀ ਆ ਗਈ ਕੌਣ ਆਲੋਚਨਾ ਕਰਨਗੇ ਉਹ ਕਰਨਗੇ ਉਹ ਦੇ ਅੱਛਾ ਠੀਕ ਹੈ ਇਹ ਐਕਟਿਵ ਹੈ ਜੇ ਦੁਆਰਾ ਲਗਾ ਦਈ ਤਾਂ ਕੀ ਬਣ ਜੂ ਪੈਸਿਵ ਉਹਨਾਂ ਦੁਆਰਾ ਸਰਕਾਰ ਦੀ ਲੋਚਨਾ ਕੀਤੀ ਜਾਵੇਗੀ ਐਕਟਿਵ ਹੈ ਤਾਂ ਬਣਾਓ ਮੇਰੇ ਨਾਲ ਸਭ ਤੋਂ ਪਹਿਲਾਂ ਕੀ ਲਿਖਾਂਗੇ ਆਪਾਂ ਦੇ ਦੇ ਤੋਂ ਬਾਅਦ ਕੀ ਲਿਖਾਂਗੇ ਅਸੀਂ will will ਤੋਂ ਬਾਅਦ ਕੀ ਲਿਖਾਂਗੇ ਸਿੱਧੀ ਵਰਬ ਦੀ ਫਰਸਟ ਫਾਰਮ ਉਹ ਕੀ ਕਰਨਗੇ ਦੇ ਵਿਲ ਕ੍ਰਿਟੀਸਾਈਜ਼ ਦੇ ਵਿਲ ਕ੍ਰਿਟੀਸਾਈਜ਼ ਉਹ ਆਲੋਚਨਾ ਕਰਨਗੇ ਕਿਦੀ ਆਲੋਚਨਾ ਕਰਨਗੇ ਉਹ ਬਾਤ ਲਿਖ ਦਾਂਗੇ ਸਰਕਾਰ ਦੀ ਜੇ ਕੋਈ ਖਾਸ ਸਰਕਾਰ ਦੀ ਗੱਲ ਕਰ ਰਹੇ ਹਾਂ ਤਾਂ ਇੱਥੇ ਆਪਾਂ ਲਿਖਤਾ ਦ ਗਵਰਨਮੈਂਟ ਜੀ ਓ ਵੀ ਈ ਆਰ ਐਨ ਐਮ ਈ ਐਨ ਟੀ ਦੇ ਵਿਲ ਕ੍ਰਿਟੀਸਾਈਜ਼ ਦ ਗਵਰਨਮੈਂਟ ਹੋਣੇ ਤੇ ਰੋ ਉਹਨਾਂ ਦੁਆਰਾ ਸਰਕਾਰ ਦੀ ਆਲੋਚਨਾ ਕੀਤੀ ਜਾਵੇਗੀ ਆ ਹੋ ਗਿਆ ਟੈਸਿਵ ਇਨੂੰ ਕਮਾ ਕੇ ਲਿਖ ਦਾਂਗੇ ਅਸੀਂ ਤਾਂ ਸ਼ੁਰੂਆਤ ਵਿੱਚ ਅਸੀਂ ਲਿਖਾਂਗੇ ਕਿ ਦੀ ਆਲੋਚਨਾ ਕੀਤੀ ਜਾਊਗੀ ਇਹ ਆਲੋਚਨਾ ਦਾ ਕੰਮ ਕਿਤੇ ਕੀਤਾ ਜਾਊਗਾ ਸਰਕਾਰ ਤੇ ਇਹ ਇੱਥੋਂ ਸਟਾਰਟਿੰਗ ਦੇਵਾਂਗੇ ਅਸੀਂ ਦਾ ਗਵਰਨਮੈਂਟ ਗਵਰਨਮੈਂਟ ਕਰਤਾ ਨਹੀਂ ਹੈ ਠੀਕ ਹੈ ਦਾ ਗਵਰਨਮੈਂਟ ਵਿਲ ਵਿਲ ਤੋਂ ਬਾਅਦ ਬੀਲ ਲਾ ਕੇ ਥਰਡ ਫਾਰਮ ਵਿਲ ਤੋਂ ਬਾਅਦ ਫਸਟ ਫਾਰਮ ਨਹੀਂ ਫਸਟ ਫਾਰਮ ਦੇ ਇਧਰ ਲਿਖਦੇ ਹੁੰਦੇ ਨੇ ਜਦੋਂ ਸਬਜੈਕਟ ਹੋਵੇ ਵਰਬ ਨੂੰ ਕਰਨ ਵਾਲਾ the government will be criticized ਸਰਕਾਰ ਨੂੰ ਕ੍ਰਿਟੀਸਾਈਜ਼ ਕੀਤਾ ਜਾਵੇਗਾ government ਦੀ ਆਲੋਚਨਾ ਕੀਤੀ ਜਾਵੇਗੀ ਕਿਹਦੇ ਦੁਆਰਾ by ਉਹਨਾਂ ਦੁਆਰਾ byden by them ਉਹਨੇ ਦਰ ਸਰਕਾਰ ਦੀ ਆਲੋਚਨਾ ਕੀਤੀ ਜਾਵੇਗੀ ਇਚ ਆਲੋਚਨਾ ਕਰਨਾ ਹੈ ਵਰਬ ਆਬਜੈਕਟ ਹੈ ਕਿਹਦੀ ਆਲੋਚਨਾ ਕੀਤੀ ਜਾਊਗੀ ਬਟ ਬਸ ਐਂ ਦੇਖ ਲਾ ਕਰੋ ਆਲੋਚਨਾ ਕਰਨ ਵਾਲਾ ਹੈ ਨਹੀਂ ਹੈ ਤੱਕੀ ਹੋ ਗਿਆ ਪੈਸਿਵ तो यदि इंग्लिश भी आप ही मना देंगे द गवर्नमेंट, द गवर्नमेंट, अगे जी विल बी क्रिटीसाइज द गवर्नमेंट विल बी क्रिटिस सो यह जरूर देखना स्टूडेंट्स क्योंकि जो अचा खुद लिखा बहुत वारी असं योजे सेंटेंस सोच लेने योजे लिख देने जिन्हें सबजैक्ट नहीं होंगे तो वो इंग्लिश किमें बनेगी पैसिव न सो अजय लास्ट टेंस है सा्यूचर इंडेफिनेटेंस इस बात थोड़े होने टैस्ट ਉਦੇ ਵਾਸਤੇ ਮੈਂ ਕਲਾਸ ਦੇ ਲਾਸਟ ਵਿੱਚ ਤੁਹਾਨੂੰ ਦੱਸਾਂਗਾ ਇੰਪੋਰਟੈਂਟ ਇਨਫੋਰਮੇਸ਼ਨ ਤੇ ਉੱਥੇ ਵੀ ਤੁਸੀਂ ਖਿਆਲ ਰੱਖਣੇ ਟੈਸਟ ਦੇ ਵਿੱਚ ਇੱਕ-ਇੱਕਲੀ ਚੀਜ਼ ਤੁਹਾਨੂੰ ਸਮਝਾਉਂਗਾ ਸਟੂਡੈਂਟਸ ਉੱਥੇ ਮੈਂ ਟੈਸਟ ਦੇ ਵਿੱਚ ਜਿਹੜੇ ਸੈਂਟੈਂਸਸ ਹੋਣਗੇ ਇੱਥੇ ਤਾਂ ਮੈਂ ਲਿਖ ਦਣਾ ਇਹ ਐਕਟਿਵ ਹੈ ਪੈਸਿਵ ਹੈ ਉੱਥੇ ਮਿਕਸਡ ਸੈਂਟੈਂਸਸ ਹੋਣਗੇ ਤੁਸੀਂ ਖੁਦ ਦੇਖਣੇ ਇਹ ਸੈਂਟੈਂਸ ਐਕਟਿਵ ਹੈ ਕਿ ਪੈਸਿਵ ਹੈ ਚਲੋ ਉਹ ਮੈਂ ਲਾਸਟ ਵਿੱਚ ਦੱਸੂਗਾ ਇੱਥੋਂ ਤੱਕ ਦੱਸੋ ਕਲੀਅਰ ਹੋ ਗਈ ਗੱਲ ਦੇ ਵਿਲ ਕ੍ਰਿਟੀਸਾਈਜ਼ ਦ ਗਵਰਨਮੈਂਟ ਦ ਗਵਰਨਮੈਂਟ ਵਿਲ ਬੀ ਕ੍ਰਿਟੀਸਾਈਜ਼ਡ ਬਾਈ ਦੈਮ ਤੇ ਲਾਸਟ ਕੀ ਆ ਗਿਆ ਆਲ ਸਟੂਡੈਂਟਸ ਇੱਕ ਹੋਰ ਸੈਂਟੈਂਸ ਦੀ ਕਰੀਆ ਆਪਾਂ ਪ੍ਰੈਕਟਿਸ ਮੈਂ ਉਹਦੀ ਸਹਾਇਤਾ ਕਰਾਂਗਾ ਮਤਲਬ ਮੈਂ ਉਹਦੀ ਮਦਦ ਕਰਾਂਗਾ ਸਹਾਇਤਾ ਕਰਨ ਦੀ ਇਕੱਠੀ ਇੰਗਲਿਸ਼ ਨਹੀਂ ਹੈਲਪ ਹੈਲਪ ਕੱਲੀ ਸਹਾਇਤਾ ਵੀ ਹੁੰਦਾ ਤੇ ਹੈਲਪ ਇੱਕ ਵਰਬ ਵੀ ਹੈ ਇਹਨੂੰ ਅਸੀਂ ਐਜ਼ ਅ ਵਰਬ ਯੂਜ਼ ਕਰ ਰਹੇ ਹੈਲਪ ਦਾ ਮਤਲਬ ਵੀ ਕੀ ਹੁੰਦਾ ਸਹਾਇਤਾ ਕਰਨਾ ਕਰਨ ਇੰਗਲਿਸ਼ ਵਿੱਚ ਹੀ ਆ ਗਈ ਕੌਣ ਸਹਾਇਤਾ ਕਰੇਗਾ ਜੀ ਮੈਂ ਕਰੂੰਗਾ ਤਾਂ ਇੱਥੇ ਇਹ ਸੈਂਟੈਂਸ ਹੋ ਗਿਆ ਐਕਟਿਵ ਕੋਈ ਦੁਆਰਾ ਨਹੀਂ ਜੇ ਦੁਆਰਾ ਲਗਾ ਦਈਏ ਤਾਂ ਕੀ ਬਣ ਜੂਏ ਇਹ ਪੈਸਿਵ ਮੇਰੇ ਦੁਆਰਾ ਉਹਦੀ ਸਹਾਇਤਾ ਕੀਤੀ ਜਾਵੇਗੀ ਜਾਂ ਉਸ ਦੀ ਸਹਾਇਤਾ ਮੇਰੇ ਦੁਆਰਾ ਕੀਤੀ ਜਾਵੇਗੀ ਬਣਾਓ ਇਹ ਇੰਗਲਿਸ਼ ਐਕਟਿਵ ਹੈ ਤਾਂ ਸਭ ਤੋਂ ਪਹਿਲਾਂ ਸਿਬਜੈਕਟ ਤੋਂ ਸ਼ੁਰੂ ਕਰਨਾ ਆਏ ਠੀਕ ਹੈ ਫਿਰ ਕੀ ਕਰੀਏ ਜੀ ਹੈਲਪਿੰਗ ਵਰ ਲਗਾਵਾਂਗੇ ਬਹੁਤ ਆਸਾਨ ਤੇ ਬਹੁਤ ਆਰਾਮ ਨਾਲ ਆਪਾਂ ਪੜ੍ਹ ਰਹੇ ਹਾਂ ਸਟੂਡੈਂਟਸ ਆਸਾਨ ਤਰੀਕੇ ਨਾਲ ਆਈ ਸ਼ਲ ਐਕਟਿਵ ਦੇ ਵਿੱਚ ਮੈਂ ਦੱਸਿਆ ਕਿ ਸਿੱਧੀ ਅਸੀਂ ਫਰਸਟ ਫਾਰਮ ਲਿਖਣੀ ਹੈ ਇੱਥੇ ਮੈਂ ਕੀ ਕਰੂੰਗਾ ਉਹਦੀ ਸਹਾਇਤਾ ਕਰੂੰਗਾ ਆਈ ਸ਼ਲ ਹੈਲਪ ਕੀ ਦੀ ਸਹਾਇਤਾ ਉਹਦੀ ਹੁਣ ਉਹ ਲੜਕਾ ਵੀ ਹੋ ਸਕਦਾ ਲੜਕੀ ਵੀ ਹੋ ਸਕਦੀ ਹੈ ਇੱਥੇ ਹਿੰਦੀ ਆ ਸਕਦਾ ਹੈ ਇੱਥੇ ਹਰ ਵੀ ਆ ਸਕਦਾ ਇਹ ਦੋਨੋਂ ਕੀ ਲਈ ਇਹ ਇਹ ਹੈ ਸਾਡੀ ਆਬਜੈਕਟ ਦੋਨੋਂ ਚ ਕੋਈ ਵੀ ਲਿਖ ਸਕਦੇ ਹਾਂ ਅਈ ਸ਼ਲ ਹੈਲਪ ਹਿਮ ਜਾਂ ਆਈ ਸ਼ਲ ਹੈਲਪ ਹਰ ਇਸੇ ਦਾ ਪੈਸਿਵ ਕੀ ਬਣ ਗਿਆ ਮੇਰੇ ਦੁਆਰਾ ਉਹਦੀ ਸਹਾਇਤਾ ਕੀਤੀ ਜਾਵੇਗੀ ਜਾਂ ਉਹਦੀ ਸਹਾਇਤਾ ਮੇਰੇ ਦੁਆਰਾ ਕੀਤੀ ਜਾਵੇਗੀ ਆ ਦੁਆਰਾ ਤੋਂ ਪਤਾ ਲੱਗ ਗਿਆ ਕਿ ਇਹ ਚ ਸਹਾਇਤਾ ਕਰਨ ਵਾਲਾ ਹੈ ਬਟ ਦੁਆਰਾ ਹੁਣ ਇਹਨੂੰ ਆਪਾਂ ਪੈਸਿਵ ਤਰੀਕੇ ਨਾਲ ਬਣਾਵਾਂਗੇ ਪਹਿਲਾ ਆਬਜੈਕਟ ਲਿਖਾਂਗੇ ਹੁਣ ਇਹ ਨਹੀਂ ਕਿ ਆਹੇ ਸ਼ਬਦ ਚਾਕੇ ਇੱਥੇ ਆਪਾਂ ਲਾਵਾਂਗੇ ਹਿਮ ਜਾਂ ਹਰ ਤੋਂ ਸਟਾਰਟਿੰਗ ਦੇਵਾਂਗੇ ਆਇ ਨਹੀਂ ਲਿਖਾਂਗੇ ਅਸੀਂ ਹਿਮ ਜਾਂ ਹਰ will be helped by me ਆਇ ਨਹੀਂ ਲਿਖਾਂਗੇ ਕਿਉਂ ਜਦੋਂ ਇਹ ਸਟਾਰਟਿੰਗ ਚ ਲੈ ਕੇ ਆਉਣਾ ਇੱਥੇ ਆਬਜੈਕਟ ਸੀ ਜਦੋਂ ਨੂੰ ਸਟਾਰਟਿੰਗ ਚ ਲਿਖਣਾ ਹੈ ਤਾਂ ਇੱਥੇ ਅਸੀਂ ਹੀ ਜਾਂ ਸ਼ੀ ਪਾਵਾਂਗੇ ਵਰਡਸ ਇਹ ਤੁਸੀਂ ਯਾਦ ਰੱਖਣਾ ਸਟੂਡੈਂਟਸ ਜਿਉਂਦਰ ਹਿੰ ਸੀ ਤੇ ਇਧਰ ਕੀ ਆਜੂਗਾ ਹੀ ਜਿਉਂਦਰ ਹਰ ਸੀ ਕੀ ਆਜੂਗੇ ਤੇ ਸ਼ੀ ਤਾਂ ਇਹ ਬਣ ਜਾਊਗਾ ਹੀ ਜਾਂ ਸ਼ੀ will be helped ਹੀ ਜਾਂ ਸ਼ੀ ਦੀ ਮਦਦ ਕੀਤੀ ਜਾਊਗੀ ਹੀ ਜਾਂ ਸ਼ੀ will be helped ਕਿਹਦੇ ਦੁਆਰਾ by me ਚਲੋ ਇਧਰ ਆਓ ਉਸ ਦੀ ਸਹਾਇਤਾ ਕੀਤੀ ਜਾਊਗੀ ਲੈ ਚ ਸਹਾਇਤਾ ਕਰਨ ਵਾਲਾ ਹੈ ਹੀ ਨਹੀਂ ਇਹ ਤਾਂ ਪੈਸਿਵ ਹੋਇਆ ਤਾਂ ਇਹ ਲਿਖ ਦਾਂਗੇ ਆਪਾਂ ਹੀ ਮੰਨ ਲਓ ਹੀ ਹੈ ਚਲੋ ਆਪਾਂ ਮੰਨ ਕੇ ਚੱਲਦੇ ਹਈ ਹੀ will ਅੱਛਾ ਹੁਣ ਇਥੇ ਫਸਟ ਫਾਰਮ ਨਹੀਂ ਲਗਾਉਣੀ ਫਸਟ ਫਾਰਮ ਤਾਂ ਲਗਾਈ ਦੀ ਹੁੰਦੀ ਹੈ ਜੇ ਐਸੇ ਨੇ ਕੋਈ ਵਰਬ ਕੀਤੀ ਹੋਵੇ ਇਥੇ ਹੀ ਤਾਂ ਵਰਬ ਕਰਨ ਵਾਲਾ ਹੈ ਹੀ ਨਹੀਂ ਸਬਜੈਕਟ ਹੈ ਹੀ ਨਹੀਂ ਤਾਂ ਕੀ ਕਹਾਂਗੇ ਹੀ ਵਿਲ ਬੀ ਹੈਲਪਡ ਜੇ ਸ਼ੀ ਹੁੰਦਾ ਕੀ ਕਹਿ ਦਿੰਦੇ ਆਪਾਂ ਸ਼ੀ ਵਿਲ ਬੀ ਹੈਲਪਡ ਹੀ ਵਿਲ ਬੀ ਹੈਲਪਡ ਜਾਂ ਸ਼ੀ ਵਿਲ ਬੀ ਹੈਲਪਡ ਸੋ ਇਸ ਸਟੂਡੈਂਟ ਸਾਡਾ ਫਿਊਚਰ ਇਨਡੈਫੀਨਿਟ ਟੈਂਸ ਸਾਡਾ ਲਾਸਟ ਟੈਂਸ ਇਸ ਕੋਰਸ ਦਾ ਸਕਰੀਨ ਦੇ ਉੱਪਰ ਤੁਹਾਨੂੰ ਨਜ਼ਰ ਆਉਣਗੇ ਕੁਝ ਸੈਂਟੈਂਸਸ ਰੋਜ਼ੇ ਤਰ੍ਹਾਂ ਨੂੰ ਪਾਜ਼ ਕਰੋ ਤੇ ਉਹਨਾਂ ਸੈਂਟੈਂਸਸ ਨੂੰ ਟ੍ਰਾਂਸਲੇਟ ਕਰੋ ਤੇ ਦੇਖੋ ਤੁਹਾਡੇ ਕਿੰਨੇ ਸਹੀ ਨੇ ਇਸ ਤੋਂ ਬਾਅਦ ਨੈਕਸਟ ਵੀਡੀਓ ਦੇ ਵਿੱਚ ਸਟੂਡੈਂਟਸ ਤੁਹਾਡਾ ਹੋਵੇਗਾ ਟੈਸਟ ਟੈਸਟ ਲਈ ਮੈਂ ਪਹਿਲਾਂ ਦੱਸ ਦੇਵਾਂ ਕੀ ਹੋਏਗਾ ਤੁਹਾਨੂੰ ਸੈਂਟੈਂਸਸ ਦਿੱਤੇ ਜਾਣਗੇ ਤੇ ਉਹਨਾਂ ਸੈਂਟੈਂਸਸ ਦੇ ਇਹ ਨਹੀਂ ਕਿ ਸਿਰਫ ਤੁਹਾਨੂੰ ਆਨਸਰਸ ਸਕਰੀਨ ਤੇ ਨਜ਼ਰ ਆਉਣਗੇ ਉਹ ਇਕੱਲੇ-ਇਕੱਲੇ ਸੈਂਟੈਂਸ ਨੂੰ ਮੈਂ ਨੈਕਸਟ ਵੀਡੀਓ ਦੇ ਵਿੱਚ ਬੋਰਡ ਦੇ ਉੱਪਰ ਸਮਝਾਵਾਂਗਾ ਕਿ ਆਹ ਸੈਂਟੈਂਸ ਨੂੰ ਆਪਾਂ ਇਸ ਤਰ੍ਹਾਂ ਟ੍ਰਾਂਸਲੇਟ ਕਰਨਾ ਸੀ ਤਾਂ ਉਹਦੇ ਨਾਲ ਤੁਹਾਨੂੰ ਬਹੁਤ ਫਾਇਦਾ ਹੋਏਗਾ ਤੁਹਾਨੂੰ ਆਪਣੀਆਂ ਗਲਤੀਆਂ ਦਾ ਪਤਾ ਚੱਲੇਗਾ ਕਿ ਕਿੱਥੇ ਮੇਰੀ ਕੀ ਮਿਸਟੇਕ ਸੀ ਸਟੂਡੈਂਟ ਤਾਂ ਮਿਲਦੇ ਆ ਸਟੂਡੈਂਟ ਨੈਕਸਟ ਵੀਡੀਓ ਦੇ ਵਿੱਚ